ਬਾਰ ਕਾਉਂਸਲ ਆਫ ਪੰਜਾਬ ਅਤੇ ਹਰਿਆਣਾ ਨੇ ਇੱਕ ਸਖਤ ਫੈਸਲਾ ਲਿਆ ਕਿ ਅਗਰ ਕੋਰਟਾਂ ਦੀ ਸੁਣਵਾਈ ਫਿਜ਼ੀਕਲ ਤੌਰ ਤੇ ਨਾ ਸ਼ੁਰੂ ਹੋਈ ਤਾਂ ਦੋਨਾਂ ਸੂਬਿਆਂ ਦੇ ਵਕੀਲ ਫਿਰ ਵੀਡੀਓ ਕਾਨਫਰੈਂਸਿੰਗ ਦੇ ਨਾਲ ਜਿਹੜੀ ਸੁਣਵਾਈ ਹੋ ਰਹੀ ਆ ਉਹਦੇ 'ਚ ਭਾਗ ਨਹੀਂ ਲੈਣਗੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਕਾਫੀ ਜਿਹੜੇ ਮਸਲੇ ਨੇ ਉਹ ਰੁਕੇ ਰੁਕੇ ਪਏ ਨੇ ਤੇ ਇਹ ਫੈਸਲਾ ਕਿਉਂ ਲੈਣਾ ਪਿਆ ਇਸ ਸਬੰਧੀ ਸਾਡੇ ਨਾਲੇ ਬਾਰ ਕਾਉਂਸਲ ਦੇ ਚੇਅਰਮੈਨ ਐਡਵੋਕੇਟ ਕਰਨਜੀਤ ਸਿੰਘ ਸਿਰ ਬੜਾ ਸਖਤ ਫੈਸਲਾ ਕਿਉਂਕਿ ਲੋਕ ਤੇ ਪਹਿਲਾਂ ਇਨਸਾਫ ਵਾਸਤੇ ਤੜਫਦੇ ਰਹੇ ਇਹ ਮੋਟੀ ਵਜ੍ਹਾ ਕੀ ਹੈ ਕਿ ਜਿਹੜੇ ਬਾਰ ਕਾਉਂਸਲ ਨੂੰ ਇਹ ਫੈਸਲਾ ਲੈਣਾ ਪਿਆ ਜੀ ਸਰ ਗੱਲ ਇਹ ਹੈ ਵੀ 6 ਮਹੀਨੇ ਤੋਂ ਉੱਪਰ ਹੋ ਗਿਆ ਵਾ ਲਾਕਡਾਊਨ ਚੱਲਦਾ ਪਿਆ ਸੀ ਮਹਾਮਾਰੀ ਕਰਕੇ ਚਲੋ ਸਾਨੂੰ ਵੀ ਸਮਝ ਸੀ ਵੀ ਬੜਾ ਮੁਸ਼ਕਲ ਸਮਾਂ ਵਾ ਵਕੀਲਾਂ ਨੇ ਕੋਆਪਰੇਟ ਕੀਤਾ ਜੁਡੀਸ਼ਰੀ ਨੇ ਵੀ ਕੋਸ਼ਿਸ਼ ਕਰਕੇ ਵਰਚੁਅਲ ਕੋਰਟ ਸ਼ੁਰੂ ਕੀਤੀਆਂ ਪਰ ਹੁਣ ਸਮਾਂ ਆ ਗਿਆ ਵਾ ਵੀ ਅਨਲੌਕ 5 ਵੇ ਚ ਆਲਮੋਸਟ ਸਭ ਕੁਝ ਖੁੱਲ ਗਿਆ ਵਾ ਤੇ ਹਾਈ ਟਾਈਮ ਹੈ ਵੀ ਕੋਟਾਂ ਵੀ ਖੁੱਲਣ ਤਾਂ ਕਿ ਲਿਟਿਗੈਂਟ ਜਿਹੜੇ ਸਫਰ ਕਰ ਰਹੇ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਤੇ ਸਾਡਾ ਜਿਹੜਾ ਵਕੀਲ ਭਾਈ ਚਾਰਾਵਾ ਤੇ ਸਾਡੇ ਨਾਲ ਰਿਲੇਟਡ ਜਿਹੜੇ ਮੁੰਚੀ ਸਟੈਨੋਂ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਉਹ ਵੀ ਆਪਣੀ ਰੋਜੀ ਰੋਟੀ ਕਮਾ ਸਕਣ ਇਹ ਤਾਂ ਲੱਗਦਾ ਕਿ ਜਿਹੜੀ ਜਿਹੜੀ ਅਪੀਲ ਕੀਤੀ ਤੁਸੀਂ ਇਹ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਲਾਅ ਮਿਨਿਸਟਰੀ ਨੂੰ ਕੀਤੀ ਹੈਗੀ ਜੀ ਦੇਖੋ ਜੀ ਸਾਡੇ ਪੰਜਾਬ ਹਰਿਆਣਾ ਦੇ ਜੁਡੀਸ਼ਰੀ ਦੇ ਹੈੱਡ ਤੋਂ ਚੀਫ ਜਸਟਿਸ ਨੇ ਜੀ ਅੱਗੇ ਵੀ ਅਸੀਂ ਉਹਨਾਂ ਨੂੰ ਮਿਲਦੇ ਰਹੇ ਨੇ ਆ ਜਦੋਂ ਸ਼ੁਰੂ ਵਿੱਚ ਮਹਾਮਾਰੀ ਸ਼ੁਰੂ ਹੋਈ ਸੀ ਤੇ ਲਾਕਡਾਊਨ ਸ਼ੁਰੂ ਹੋਇਆ ਸੀ ਤਾਂ ਵਰਚੁਅਲ ਹੀアリング ਦੀਆਂ ਸਿਰਫ 2-3 ਕੋਟਾ ਬੈਂਦੀ ਹੁੰਦੀਆਂ ਸੀ ਚਲੋ ਅਸੀਂ ਰੈਜ਼ੋਲੂਸ਼ਨ ਪਾਸ ਕੀਤਾ ਤੇ ਚੀਫ ਸਾਹਿਬ ਨੂੰ ਮਿਲੇ ਚੀਫ ਸਾਹਿਬ ਨੇ ਬੜੀ ਮਿਹਨਤ ਨਾਲ ਵਰਚੁਅਲ ਕੋਰਟ ਦਾ ਕੰਮ ਸ਼ੁਰੂ ਕੀਤਾ ਅੱਜ ਦੀ ਡੇਟ ਵਿੱਚ ਹਾਈ ਕੋਰਟ ਵਿੱਚ ਅਰਾਊਂਡ 30 ਕੋਰਟਸ ਫੰਕਸ਼ਨਲ ਨੇ ਹਜ਼ਾਰ ਤੋਂ ਪਲੱਸ ਕੇਸ ਲੱਗ ਰਹੇ ਨੇ ਪਰ ਇਹ ਸਫੀਸ਼ੀਐਂਟ ਨਹੀਂ ਥੱਲੇ ਵੀ ਕੰਮ ਚੱਲਦਾ ਪਿਆ ਵਾ ਤੇ ਅਸੀਂ ਤਾਂ ਚੀਫ ਸਾਹਿਬ ਨੂੰ ਰੈਜ਼ੋਲੂਸ਼ਨ ਭੇਜਿਆ ਵਾ ਮੰਗ ਪੱਤਰ ਭੇਜਿਆ ਵਾ ਵੀ ਹਜੇ ਹੋਰ ਦਸ ਦਿਨ ਦਿੱਤੇ ਨੇ ਵੀ ਫਿਜ਼ੀਕਲ ਹਿアリング ਸਾਈਮਟੇਨियसਲੀ ਵਿਦ ਵਰਚੁਅਲ ਹਿアリング ਸ਼ੁਰੂ ਕੀਤੀ ਜਾਵੇ ਤਾਂ ਕਿ ਜਿੰਨੇ ਕੋਰਟਸ ਨੇ ਸਾਰੇ ਫੰਕਸ਼ਨਲ ਹੋ ਸਕਣ ਭਾਵੇਂ ਅੱਧੀਆਂ ਫਿਜ਼ੀਕਲ ਕਰ ਲੈਣ ਅੱਧੀਆਂ ਵਰਚੁਅਲ ਕਰ ਲੈਣ ਤਾਂ ਕਿ ਜਿਹੜਾ ਇੱਕ ਬਹੁਤ ਨੁਕਸਾਨ ਲੀਟਿਗੇਂਡ ਦਾ ਹੋਇਆ ਤੇ ਵਕੀਲਾਂ ਦਾ ਹੋਇਆ ਉਹ ਪੂਰਾ ਹੋ ਸਕੇ ਦੇਸ਼ 'ਚ ਕੋਈ ਇਦਾਂ ਦੀ ਹਾਈ ਕੋਰਟ ਹੈ ਜਿਸ ਤੇ ਜਿਹੜੀ ਫਿਜ਼ੀਕਲ ਹਿアリング ਸ਼ੁਰੂ ਹੋ ਚੁੱਕੀ ਜੀ ਹਾਂ ਜੀ ਬਿਲਕੁਲ ਆਲਮੋਸਟ ਸਾਰਿਆਂ ਹੀ ਸੁਬਿਆਂ ਵਿੱਚ ਫਿਜ਼ੀਕਲ ਤੇ ਵਰਚੁਅਲ ਦੋਨੋਂ ਚੱਲਦੀ ਪਈ ਆ ਦਿੱਲੀ ਹਾਈ ਕੋਰਟ ਵਿੱਚ 30% ਕੋਰਟਸ ਫੰਕਸ਼ਨਲ ਨੇ ਫਿਜ਼ੀਕਲ ਬਾਕੀ ਵਰਚੁਅ ਉੱਤਰ ਪ੍ਰਦੇਸ਼ ਵੀ ਚੱਲਦਾ ਪਿਆ ਬਿਹਾਰ ਵੀ ਸ਼ੁਰੂ ਕਰ ਰਿਹਾ ਹੈ ਕੇਰਲਾ કર્ਨਾਟਕਾ ਮੇਰੀ ਕਈ ਥਾਂ ਗੱਲ ਹੋਈ ਹੈ ਉੱਥੇ ਦੋਨੋਂ ਫਿਜ਼ੀਕਲ ਤੇ ਵਰਚੁਅਲ ਚੱਲਦੀਆਂ ਬਈਆਂ ਨੇ ਤੇ ਤੁਹਾਡੀ ਇੱਥੇ ਕੀ ਡਿਮਾਂਡ ਹੈ ਕਿ 50-50 ਹੋਵੇ ਕਿ ਜਾਂ ਫੁੱਲ ਫਲੈਸ਼ ਹੀ ਕੋਰਸ ਸ਼ੁਰੂ ਹੋ ਜਾਏ ਸਾਡੀ ਇਹੀ ਡਿਮਾਂਡ ਹੈ ਚਲੋ ਫੁੱਲ ਫਲੈਸ਼ ਤੇ ਹਜੇ ਮੁਸ਼ਕਲ ਹੈ ਕਿਉਂਕਿ ਹਜੇ ਮਹਾਮਾਰੀ ਹੈ ਸਾਨੂੰ ਬਹੁਤ ਧਿਆਨ ਨਾਲ ਕੰਮ ਕਰਨਾ ਪੈਣਾ ਐਟਲੀਸਟ 50% ਫਿਜ਼ੀਕਲ ਤੇ 50% ਵਰਚੁਅਲ ਚੱਲਣਾ ਤੇ ਆਂਦੇ ਦਿਨਾਂ ਵਿੱਚ ਜਿਵੇਂ ਜਿਵੇਂ ਮਾਹੌਲ ਠੀਕ ਹੋ ਜੇ ਤਾਂ ਸਾਰੀ ਫਿਜ਼ੀਕਲ ਹੋਣੀ ਚਾਹੀਦੀ ਹੈ ਇਸ ਤੋਂ ਤੁਸੀਂ ਅਨਲੌਕ 5 ਦੀ ਗੱਲ ਕੀਤੀ ਉਹਦੇ ਵਿੱਚ ਬਹੁਤ ਜ਼ਿਆਦਾ ਆਲਮੋਸਟ ਹੁਣ ਸਭ ਕੁਝ ਨਾ ਲਾਕਡਾਊਨ ਨਾ ਕਰਫੂ ਸਭ ਕੁਝ ਖੁੱਲਿਆ ਤਾਂ ਲੱਗਦਾ ਕਿ ਜੇ ਸ੍ਰੀਮੀ ਖੁੱਲ ਸਕਦੇ ਬੱਸਾਂ ਦੇ ਵਿੱਚ 50 ਸਵਾਰੀਆਂ ਬੈਠ ਸਕਦੀਆਂ ਨੇ ਟ੍ਰੇਨਾਂ ਸ਼ੁਰੂ ਹੋ ਚੁੱਕੀਆਂ ਨੇ ਪ੍ਰੋਟੈਸਟ ਚੱਲ ਰਹੇ ਹੈਗੇ ਨੇ ਤੇ ਫਿਰ ਕੋਟ ਵੀ ਖੁੱਲ ਜਾਣੀ ਚਾਹੀਦੀ ਬਿਲਕੁਲ ਜੀ ਬਿਲਕੁਲ ਅਨਲੌਕ 5 ਵਿੱਚ ਤੁਸੀਂ ਦੇਖਿਆ ਹੋਊਗਾ ਵੀ ਆਲਮੋਸਟ ਸਾਰੇ ਇੰਸਟੀਟਿਊਸ਼ਨਸ ਕਾਲਜੇ ਸਕੂਲਸ ਥੀਏਟਰਸ ਮਾਲਸ ਈਵਨ ਬੱਸੇਸ ਵਿੱਚ ਫੁੱਲ ਫਲੇਜਡ ਉਹਨਾਂ ਨੂੰ ਲਾਓ ਕਰਤਾ ਵਾ ਤੇ ਕੋਈ ਕਾਰਨ ਨਹੀਂ ਵੀ ਉਹਨਾਂ ਕੋਟਾ ਬੰਦ ਰਹਿਣ ਜੀ ਹਾਂ ਐਸਓਪੀ ਬਣਾ ਕੇ ਬੜੇ ਤਰੀਕੇ ਨਾਲ ਦੇਖੋ ਲਿਟਿਗੇਂਟ ਦੀ ਅਸੀਂ ਐਂਟਰੀ ਬੈਨ ਕਰ ਸਕਦੇ ਆ ਮੁੰਛੀ ਬੰਨ ਕਰ ਸਕਦੇ ਆ ਸਿਰਫ ਉਹੀ ਵਕੀਲ ਪਰਮਿਟਡ ਹੋਣ ਜਿੰਦੇ ਕੇਸ ਲੱਗੇ ਨੇ ਤਰੀਕੇ ਨਾਲ ਕੋਰਟਸ ਫੰਕਸ਼ਨਲ ਹੋ ਸਕਦੀਆਂ ਨੇ ਕੋਈ ਪ੍ਰੋਬਲਮ ਨਹੀਂ ਆ। ਇਸੇ ਤੁਸੀਂ ਇਹ ਹੋ ਸਕਦਾ ਕਿ ਪ੍ਰਕੌਸ਼ਨ ਲਈ ਜਾ ਸਕਦੇ ਹੋਰ ਜਿਆਦਾ ਕੋਰਟ ਜੇ ਮੰਨ ਲਓ ਖੋਲੀਆਂ ਜਾਣ ਤੇ ਬਹੁਤ ਸਾਰੇ ਪ੍ਰਕੌਸ਼ਨ ਲਈ ਜਾ ਸਕਦੇ ਨੇ। ਬਿਲਕੁਲ ਜੀ ਐਸਓਪੀ ਬਣ ਸਕਦਾ ਜੀ ਮਿਨੀਮਮ ਸਟੈਂਡਰਡ ਆਫ ਪ੍ਰੋਸੀਜਰ ਬਣ ਸਕਦਾ ਵਾ ਜਿਹਦੇ ਚ ਅਸੀਂ ਸਾਰਾ ਸਾਡਾ ਭਾਈਚਾਰਾ ਪੜੇ ਲਿਖਿਆ ਹੋਇਆ ਹੈਗਾ। ਸਾਨੂੰ ਆਪ ਫਿਕਰ ਆਪਣੇ ਸੇਹਦ ਹਰਕ ਨੂੰ ਫਿਕਰ ਹੁੰਦਾ ਵਾ ਮਾਸਕ ਪਾਣੇ ਸੈਨੀਟਾਈਜ਼ ਕਰਨਾ ਤਰੀਕੇ ਨਾਲ ਵਿਦ ਪ੍ਰਕੌਸ਼ਨਸ ਕੋਰਟ ਫੰਕਸ਼ਨਲ ਹੋ ਸਕਦੀਆਂ ਨੇ ਜਿਹੜੇ نیچے ਵੀ ਸੇਮ ਜਿਹੜੇ ਡਿਸਟ੍ਰਿਕਟ ਕੋਰਟਾਂ ਜਿਹੜੇ ਲੋਅਰ ਕੋਰਟ ਉੱਥੇ ਵੀ ਸੇਮ ਪ੍ਰੋਬਲਮ ਆ ਰਹੀ ਹੈ ਬਿਲਕੁਲ ਜੀ ਸੇਮ ਪ੍ਰੋਬਲਮ ਆ ਰਹੀ ਹੈ ਕਿਤੇ ਕਿਤੇ ਕੋਈ ਜਜੇਸ ਫਿਜ਼ੀਕਲ ਕਰ ਰਹੇ ਨੇ ਪਰ ਮੋਸਟਲੀ ਨਹੀਂ ਹੋ ਰਿਹਾ ਵਰਚੂਅਲੀ ਹੋ ਰਿਹਾ ਤੇ ਹੁਣ ਸਮਾਂ ਆ ਗਿਆ ਵੀ 6 ਮਹੀਨੇ ਤੋਂ ਉੱਪਰ ਹੋ ਗਏ ਦੇਖੋ ਜੁਡੀਸ਼ਰੀ ਜਸਟਿਸ ਡਿਲੀਵਰੀ ਸਿਸਟਮ ਕਾਮਨ ਦਾ ਇੱਕ ਇੰਪੋਰਟੈਂਟ ਵਿੰਗ ਹੁੰਦਾ ਵਾ 6 ਮਹੀਨੇ ਤੋਂ ਬੰਦ ਪਿਆ ਵਾ ਇਹ ਤੇ ਕਦੀ ਐਮਰਜੈਂਸੀ ਵਿੱਚ ਵੀ ਬੰਦ ਹੋਇਆ ਸੀ ਐਮਰਜੈਂਸੀ ਜਦੋਂ ਜਿਹੜੀ ਲੱਗੀ ਸੀ ਉਹ ਤਾਂ ਕੋਰਟਸ ਹੀ ਫੰਕਸ਼ਨਲ ਸੀ ਸੋ ਕਲੋਜ਼ਿੰਗ ਕੋਰਟਸ ਇਜ਼ ਡਿਨਾਇਲ ਆਫ ਜਸਟਿਸ ਟੂ ਸਿਟੀਜ਼ਨਸ ਤੇ ਹਾਈ ਟਾਈਮ ਆਸਨ ਕੋਟਾ ਖੋਲਨੇ ਚਾਹੀਦੀ ਐ ਨਾ ਇਹ ਮੈਂ ਜਿਟਲੀ ਤਾਂ ਲੱਗਦਾ ਕਿ ਜਿਹੜੇ ਪ੍ਰਕਾਸ਼ਨ ਲੈ ਕੇ ਫਿਰ ਕੋਈ ਰਿਸਕ ਦਾ ਨਹੀਂ ਡਰ ਹੁਣ ਤੇ ਫਿਲਹਾਲ ਸਾਰੇ ਡਰ ਡਰ ਹੈ ਨਾ ਕਿ ਰਿਸਕ ਰਿਸਕ ਬਹੁਤ ਜ਼ਿਆਦਾ ਕਿਉਂਕਿ ਇਹਦੇ ਕੋਈ ਵੈਕਸੀਨ ਨਹੀਂ ਆਈ ਹਾਲ ਫਿਲਹਾਲ ਹੀ ਹੈ ਕਿ ਫਿਜ਼ੀਕਲ ਡਿਸਟੈਂਸ ਆ ਮਾਸਕ ਆ ਸੈਨੀਟਾਈਜ਼ਰ ਉਹੀ ਆ ਵੈਕਸੀਨ ਦੇਖੋ ਦੇ ਸੁਣ ਤੇ ਰਹੀ ਹੈ ਜੀ ਦੇਖੋ ਜੇ ਤੇ ਆਪਾਂ ਕਹਿ દઈએ ਵੀ ਅੰਦਰ 2-4 ਮਹੀਨਿਆਂ ਨੂੰ ਕਰੋਨਾ ਖਤਮ ਹੋ ਜਾਣਾ ਫਿਰ ਤਾਂ ਆਪਾਂ 4 ਮਹੀਨੇ ਵੇਟ ਕਰ ਸਕਦੇ ਆ ਪਰ ਜੇ ਤੁਹਾਨੂੰ ਪਤਾ ਹੋਵੇ ਵੀ ਇਹ ਨਹੀਂ ਹਜੇ ਸਾਲ 2-3 ਸਾਲ ਆਪਾਂ ਨੂੰ ਇਹ ਰਹਿਣਾ ਪੈਣਾ ਐਂਡ ਵੀ ਹਵ ਟੂ ਲਰਨ ਟੂ ਲਿਵ ਵਿਦ ਦਿਸ ਦਿਸ ਡਿਜ਼ੀਜ਼ ਤੇ ਫਿਰ ਸਾਨੂੰ ਪ੍ਰਿਕਾਸ਼ਨਸ ਲੈ ਕੇ ਕੋਈ ਪ੍ਰੋਬਲਮ ਨਹੀਂ ਆ ਅਸੀਂ ਕੰਮ ਕਰ ਸਕਦੇ ਆ ਤੇ ਹੁਣ ਫਿਲਹਾਲ ਤੁਸੀਂ ਕਿਸ ਕਿਸ ਤਰ੍ਹਾਂ ਦਾ ਅਲਟੀਮੇਟਮ ਦਿੱਤਾ ਹੈ ਜੀ ਕੋਈ ਅਸੀਂ ਤੇ ਰਿਕਵੈਸਟ ਜਿੱਤੀ ਹੈ ਜੀ ਰਿਕਵੈਸਟਡ ਦ ਚੀਫ ਜਸਟਿਸ ਵੀ 12 ਤਰੀਕ ਨੂੰ ਘੱਟੋ ਘੱਟ ਕੁਛ ਨਾ ਕੁਛ ਫਿਜ਼ੀਕਲ ਕੋਰਟ ਸ਼ੁਰੂ ਕਰਨ ਹਾਈ ਕੋਰਟ ਵਿੱਚ ਵੀ ਜੇ ਨਹੀਂ ਕਰਨਗੇ ਤੇ ਅਸੀਂ ਫਿਰ ਪ੍ਰੋਟੈਸਟ ਕਰਾਂਗੇ ਜੀ ਸਟਾਰਟ ਐਜੀਟੇਸ਼ਨ ਪੋਖੜਤਾ ਤੋਂ ਸ਼ੁਰੂ ਕੀਤਾ ਜਾਗੇ ਫਿਰ ਬਾਅਦ ਵਿੱਚ ਤੁਸੀ ਇਹ ਵੀ ਪਤਾ ਲੱਗਣਾ ਕਿ ਕੌਂਸਲ ਨੇ ਫੈਸਲਾ ਹੈਗਾ ਕਿ ਪਹਿਲਾਂ ਪੋਖੜਤਾ ਲ ਕਰਾਂਗੇ ਫਿਰ ਨਹੀਂ ਜੇ 26 ਤੋਂ ਬਾਅਦ ਅਸੀਂ ਫਿਰ ਵੀਡੀਓ ਕਾਨਫਰੈਂਸਿੰਗ ਦੇ ਵਿੱਚ ਵੀ ਹਿੱਸਾ ਨਹੀਂ ਲਵਾਂਗੇ ਜੀ ਸਾਡਾ ਇਹ ਫੈਸਲਾ ਹੈ ਵੀ 13 ਤੋਂ ਜੇ ਨਹੀਂ ਹੁੰਦਾ ਤੇ ਅਸੀਂ ਹਾਈ ਕੋਰਟ ਵਿੱਚ ਅਸੀਂ ਤੇ ਡਿਸਟ੍ਰਿਕਟ ਕੋਰਟ ਵਿੱਚ ਸਾਡੇ ਉਥੇ ਲੋਕਲ ਐਡਵੋਕੇਟਸ ਅਸੀਂ ਮਾਸ ਅੰਗ ਸਟ੍ਰਾਈਕ ਤੇ ਜਾਵਾਂਗੇ ਵਰਚੂਅਲ ਸੀ ਚਲੰਦਾਵਾਂਗੇ ਫਿਰ 26 ਤੋਂ 13 ਦਿਨਾਂ ਬਾਅਦ ਜੇ ਨਹੀਂ ਤਾਂ ਵੀ ਕੁਝ ਗੱਲ ਬਣੀ ਤੇ ਫਿਰ ਅਸੀਂ ਵਰਚੂਅਲ ਬਾਇਕਾਟ ਕਰਾਂਗੇ ਕੋਈ ਅਸੀਂ ਨਹੀਂ ਚਾਹੁੰਦੇ ਵੀ ਇਮੀਡੀਏਟਲੀ ਜਿਹੜਾ ਮਾੜਾ-ਮੋਟਾ ਕੰਮ ਚੱਲਦਾ ਉਹ ਵੀ ਬੰਦ ਹੋ ਜਾਏ ਸੋ ਅਸੀਂ 13 ਨੂੰ ਇੱਕ ਟੋਕਨ ਅੰਗੇ ਸਟ੍ਰਾਈਕ ਸ਼ੁਰੂ ਕਰਾਂਗੇ ਡਿਸਟ੍ਰਿਕਟ ਕੋਰਟਸ ਵਿੱਚ ਤੇ ਹਾਈ ਕੋਰਟ ਵਿੱਚ ਤੇ ਜੇ ਨਾ ਗੱਲ ਬਣੀ ਫਿਰ 26 ਤੋਂ ਅਸੀਂ ਫੇਰ ਵਰਚੂਅਲ ਬਾਇਕਾਟ ਕਰਾਂਗੇ ਇਸ ਤੋਂ ਦੋ ਜਿਗਰੇ ਕੇ ਪਬਲਿਕ ਦਾ ਬੜਾ ਨੁਕਸਾਨ ਹੋ ਰਿਹਾ ਇੱਕ ਵਕੀਲਾਂ ਦਾ ਵੀ ਨੁਕਸਾਨ ਵਕੀਲਾਂ ਦਾ ਕਿਸ ਤਰ੍ਹਾਂ ਦਾ ਨੁਕਸਾਨ ਹੋ ਰਿਹਾ ਸਿਰਫ ਵਕੀਲਾਂ ਦਾ ਬਹੁਤ ਜ਼ਿਆਦਾ ਨੁ ਅੱਜਕੱਲ ਕਾਮਨ ਮੈਨ ਦਾ ਬੱਚਾ ਐਡਵੋਕੇਟ ਆ ਜਿਹੜਾ ਇਹਨੂੰ ਐਜ਼ ਅ profession ਯੂਜ਼ ਕਰਦਾ ਜਿਹਦੀ ਫੈਮਿਲੀ ਦੀ ਸਾਰੀ ਧਾਰਮਦਰ ਇਸ profession ਤੇ ਡਿਪੈਂਡ ਕਰਦਾ ਵਾ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਕੋਟਾ ਬੰਦ ਨੇ ਸਾਡੇ ਇਸ ਭਾਈਚਾਰੇ ਨੂੰ ਸਰਕਾਰਾਂ ਵੱਲੋਂ ਕਿਸੇ ਨੇ ਮਦਦ ਨਹੀਂ ਕੀਤੀ ਬੜੀ ਅਨਫੋਰਚੂਨੇਟ ਗੱਲ ਹੈ ਜੀ ਸਾਡੇ ਪਿੱਛੇ ਸਾਰੇ ਚੇਅਰਮੈਨਸ ਦੀ ਮੀਟਿੰਗ ਹੋਈ ਸੀ ਆਲਮੋਸਟ ਹਰ ਇੱਕ ਸਟੇਟ ਗਵਰਨਮੈਂਟ ਨੇ ਕੁਝ ਨਾ ਕੁਝ ਵਕੀਲਾ ਦੀ ਮਦਦ ਕੀਤੀ ਆ ਪਰ ਮੈਨੂੰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਨਾ ਸਾਨੂੰ ਇਸ ਪੰਜਾਬ ਸਰਕਾਰ ਨੇ ਮਦਦ ਕੀਤੀ ਆ ਨਾ ਸਾਡੀ ਹਰਿਆਣਾ ਸਰਕਾਰ ਨੇ ਮਦਦ ਕੀਤੀ ਆ ਅਸੀਂ ਆਪਣੇ ਲੈਵਲ ਤੇ ਹੀ 바ਰ ਕਾਉਂਸਲ ਨੇ 1 ਕਰੋੜ ਤੇ 20 ਲੱਖ ਰੁਪਏ ਵੰਡੇ ਆ ਐਜ਼ ਅ ਫਾਈਨੈਂਸ਼ੀਅਲ ਐਡ ਪਰ ਸਾਡੀ ਜਿਹੜੀ ਇੰਸਟੀਟਿਊਸ਼ਨ ਆ ਇਹ 셀ਫ ਫਾਈਨਾਂਸਡ ਹੈ ਸਾਡੇ ਕੋ ਕੁ ਸੋਰਸਸ ਨਹੀਂ ਹੁੰਦੇ ਅਸੀਂ ਗਵਰਨਮੈਂਟ ਨੂੰ ਬਾਰ- ਪਰ ਨਹੀਂ ਕੀਤੀ ਗਈ ਪਰ ਇਸ ਕਰਕੇ ਹੁਣ ਤਾਂ ਹੀ ਅਸੀਂ ਕਿਚਾਨੇ ਵੀ ਕੋਟਾ ਸ਼ੁਰੂ ਹੋ ਜਾਣ ਤਾਂ ਕਿ ਵਕੀਲ ਆਪਣੇ ਲੈਵਲ ਤੇ ਆਪ ਖਲੋ ਸਕਣ ਇਸ ਤਰ੍ਹਾਂ ਦੀ ਇਹ ਮਦਦ ਚਾਹੁੰਦੇ ਆਗੇ ਤੁਹਾਨੂੰ ਲੱਗਦਾ ਕਿ ਕਈ ਵਕੀਲ ਚੰਡੀ ਜਿਹੜੇ ਇੱਥੇ ਪੰਜਾਬ ਅਤੇ ਹਰਿਆਣਾ ਤੋਂ ਆ ਕੇ ਚੰਡੀਗੜ੍ਹ ਪ੍ਰੈਕਟਿਸ ਕਰਦੇ ਉਹਨਾਂ ਦੀ ਪ੍ਰੈਕਟਿਸ ਬਿਲਕੁਲ ਬੰਦ ਹੋ ਗਈ ਜਾਂ ਬਹੁਤ ਸਾਰੇ ਜਿਹੜੇ ਹਾਇਰ ਲੈਵਲ ਦੇ ਵਕੀਲ ਸੀ ਜਿਹੜੇ ਉਹਨਾਂ ਨੇ ਆਪਣੇ ਨਾਲ ਜੂਨੀਅਰ ਵਕੀਲ ਅਸਿਸਟੈਂਸ ਰੱਖੇ ਸੀ ਉੱਥੇ ਵੀ ਗਿਣਤੀ ਘਟਾਤੀ ਜੀ ਬਿਲਕੁਲ ਜੀ ਮੈਂ ਮੇਰੀ ਆਪਣੀ ਪਰਸਨਲ ਨੋਲੇਜ ਜਾਂ ਸਾਡੇ ਹਾਈ ਕੋਰਟ ਵਿੱਚੋਂ ਕਟੂ ਕਟ 10000 ਪਲਸ ਜੁਨੀਅਰ ਐਡਵੋਕੇਟਸ ਜਿਹੜੇ ਰੈਂਟਡ ਕਮਿਊਨਿਟੀਸ਼ਨ ਚ ਰਹਿੰਦੇ ਸੀ ਤੇ ਸੀਨੀਅਰ ਆਫੀਸਰਸ ਵਿੱਚ ਕੰਮ ਕਰਦੇ ਸੀ ਉਹਨਾਂ ਸਭ ਦਾ ਲੇਆਫ ਹੋ ਗਿਆ ਕਿਉਂਕਿ ਕੋਈ ਵਕੀਲ ਨਹੀਂ ਕਰ ਸਕਦਾ ਜੀ 6 ਮਹੀਨੇ ਜੇ ਤਾਂ ਕੰਮ ਬੰਦ ਹੈ ਤਾਂ ਕੋਈ ਸਪੋਰਟ ਕਰ ਸਕਦਾ ਹਜ਼ਾਰ ਤੋਂ ਪਲਸ ਵਕੀਲ ਚ ਨਿਕਟ ਛੱਡ ਕੇ ਚਲੇ ਗਿਆ ਵਾ ਆਪਣੇ ਪਿੰਡਾਂ ਚ ਨਿੱਕੇ ਸ਼ਹਿਰਾਂ ਚ ਚਲੇ ਗਏ ਨੇ ਇਵਨ ਡਿਸਟ੍ਰਿਕਟ ਕੋਰਟਸ ਵਿੱਚ ਵੀ ਮੈਂ ਦੇਖਿਆ ਵਾ ਵੀ ਜਿਹੜੇ ਵਕੀਲ ਰੈਗੂਲਰ ਆਉਂਦੇ ਸੀ ਨਹੀਂ ਆ ਰਹੇ ਉਹ ਆਪਣੇ ਆਪਣੇ ਘਰਾਂ ਵਿੱਚ ਜਾ ਕੇ ਬਹਿ ਗਏ ਨੇ ਕਿਉਂਕਿ ਜਿੰਨੀ ਦੇਰ ਆਪਾਂ ਨੂੰ ਕੋਰਟ ਜਾ ਕੇ ਕੋਈ ਉੱਥੇ ਕੋਈ ਆਪਾਂ ਨੂੰ ਕੋਈ ਫਾਈਨੈਂਸ਼ੀਅਲ ਕੋਈ ਆਮਦਨ ਨਹੀਂ ਹੋਊਗੀ ਤਾਂ ਕੋਈ ਨਹੀਂ ਆਊਗਾ ਸਾਡੇ ਹਾਈ ਕੋਰਟ ਵਿੱਚ ਤੇ ਮੈਂ ਮੇਰੇ ਨੌਲੇਜ ਬਹੁਤ ਮੁੰਚੀ ਸਟੈਨੋ ਤੇ ਵਕੀਲ ਕੰਮ ਛੱਡ ਚੁੱਕੇ ਨੇ ਜਿਹੜੇ ਵਾਪਸ ਆਪਣੇ ਸ਼ਹਿਰਾਂ ਚਲੇ ਗਏ ਨੇ ਜਿਨ੍ਹਾਂ ਜਿਨ੍ਹਾਂ ਨੇ ਜੂਨੀਅਰ ਅਸਿਸਟੈਂਸ ਰੱਖੇ ਸੀ ਵਕੀਲ ਜਨਕਿ ਉਹਨਾਂ ਵੀ ਆਪਣਾ ਸਟਾਫ ਨਫਰੀ ਘਟਾਉਣੀ ਪਈਏਗੀ ਜੀ ਬਿਲਕੁਲ ਜੀ ਬਿਲਕੁਲ ਜੀ ਕਿਸੇ ਆਫਿਸ ਵਿੱਚ 6 ਜੂਨੀਅਰ ਸੀ ਉੱਥੇ ਦੋ ਰਹਿ ਗਏ ਨੇ ਬਿਲਕੁਲ ਸੀਨੀਅਰਸ ਨੇ ਕੋਸ਼ਿਸ਼ ਕੀਤੀ 1 2 3 ਮਹੀਨੇ ਪਰ ਅਸੀਂ ਨਹੀਂ ਆਣਗੇ ਤਾਂ ਕਿਵੇਂ ਕਰ ਸਕਦੇ ਨੇ ਮੇਰੇ ਖਿਆਲ ਸਾਰੇ ਵੱਡੇ ਆਫਿਸਿਸ ਵਿੱਚ 50% ਸਟਾਫ ਦੀ ਕਟੌਤੀ ਹੋ ਚੁੱਕੀ ਹੈ ਸਰ ਇਹ ਤਾਂ ਹੋ ਗਿਆ ਵਕੀਲਾਂ ਦਾ ਕਿਉਂਕਿ ਅਗਰ ਇੱਥੋਂ ਚੰਡੀਗੜ੍ਹੋਂ ਇੰਨੇ ਜਿਹੀ ਗਿਣਤੀ ਦੇ ਵਿੱਚ ਜਿਹੜੇ ਵਕੀਲੋ ਆਪਣੇ ਪਿੰਡਾਂ ਜਾਂ ਛੋਟੇ ਥਾਵਾਂ ਤੋਂ ਚਲੇ ਗਏ ਹਨ ਜਿਹੜੀ ਤੱਕ ਪ੍ਰੈਕਟਿਸ ਕਰਦੇ ਪਬਲਿਕ ਦਾ ਕਿਸ ਤਰ੍ਹਾਂ ਦਾ ਲਾਸ ਹੋਇਆ ਜੀ ਪਬਲਿਕ ਦਾ ਬਹੁਤ ਵੱਡਾ ਲਾਸ ਹੈ ਜੀ ਦੇਖੋ ਅਸੀਂ ਸਾਰੇ ਇੱਕ ਲਿਟਿਗੈਂਟ ਦੇ ਵਾਸਤੇ ਹੀ ਕੰਮ ਹੁੰਦਾ ਕਚਹਿਰੀਆਂ ਵਿੱਚ ਲੋਕ ਇਨਸਾਫ ਲੈਣ ਆਉਂਦੇ ਨੇ ਜਦੋਂ ਕੋਈ ਸਰਕਾਰਾਂ ਧੱਕਾ ਕਰਦੀਆਂ ਨੇ ਜਾਂ ਕੋਈ ਹੋਰ ਜ਼ਾਰਾ ਧੱਕਾ ਕਰਦਾ ਹੈ ਤੇ ਲੋਕ ਲੋਕਾਂ ਨੂੰ ਇਨਸਾਫ ਦਾ ਇੱਕੋ ਜ਼ਰੀਆ ਕਚਹਿਰੀ ਜਿਹੜਾ ਲਿਟਿਗੈਂਟ ਨੂੰ ਦੇ 6-6 ਮਹੀਨੇ ਕੇਸ ਨਹੀਂ ਸੁਣੇ ਗਏ ਉਹਨਾਂ ਵਾਸਤੇ ਬਹੁਤ ਵੱਡਾ ਨੁਕਸਾਨ ਹੈ ਥਲੜੇ ਕੋਟਾਂ ਚ ਲੋਕਾਂ ਦੇ ਫੈਸਲਿਆਂ ਤੇ ਕੇਸ ਪਏ ਨੇ 8-8-9-9 ਮਹੀਨੇ ਹੋ ਗਏ ਨੇ ਡੇਟਾ ਪੈਰੀਆਂ ਨੇ ਕਿਸ ਨੂੰ ਇਨਸਾਫ ਮਿਲਣਾ ਹੈ ਉਹਦਾ ਉਹਨੂੰ ਕੁਝ ਫਾਇਦਾ ਹੋਣਾ ਉਹ ਨਹੀਂ ਹੋ ਰਿਹਾ ਸੋ ਲਿਟਿਗੈਂਟ ਦਾ ਸਾਡੇ ਵਕੀਲਾ ਤੋਂ ਵੱਧ ਜਾ ਨੁਕਸਾਨ ਹੋ ਰਿਹਾ ਆਮ ਪਬਲਿਕ ਦਾ ਜਾ ਨੁਕਸਾਨ ਹੋ ਰਿਹਾ ਕਿਉਂਕਿ ਜੁਡੀਸ਼ਰੀ ਇੱਕ ਬਹੁਤ ਹੀ ਇੰਪੋਰਟੈਂਟ ਵਿੰਗਰ ਜਿੱਥੇ ਲੋਕੀ ਜਦੋਂ ਸਰਕਾਰਾਂ ਗੱਲ ਨਹੀਂ ਸੁਣਦੀਆਂ ਤਾਂ ਲੋਕੀ ਕਚੈਰੀਆਂ ਜਾਂਦੇ ਨੇ ਜੇ ਕਚੈਰੀਆਂ ਵੀ ਦਰਵਾਜ਼ੇ ਬੰਦ ਕਰ ਲੈਣਗੇ ਤਾਂ ਲੋਕ ਕਿੱਥੇ ਜਾਣਗੇ ਐਵਰੇਜ ਕਿੰਨੇ ਕੀ ਕੇਸ ਪਹਿਲਾਂ ਰੈਗੂਲਰ ਆਉਂਦੇ ਸੀ ਬਿਫੋਰ ਕਰੋਨਾ ਤੇ ਹੁਣ ਆਫਟਰ ਕਰੋਨਾ ਕਿੰਨੇ ਕੀ ਲਿਟੀਗੇਸ਼ਨ ਘਟ ਗਈ ਦੇਖੋ ਕੋਈ ਰਜੈਕਟ ਫਿਗਰ ਤੇ ਹੈ ਨਹੀਂ ਪਰ ਮੇਰੇ ਹਿਸਾਬ ਨਾਲ ਹਾਈ ਕੋਰਟ ਜੇ ਸੀ ਲੈ ਲਈਏ ਤੇ ਡੇਲੀ ਆਲਮੋਸਟ 4-5000 ਕੇਸ ਲਿਸਟ ਹੁੰਦਾ ਸੀ ਉਨੇ ਆਜੀ ਰੇਟ ਵਿੱਚ 1000 ਕੇਸ ਲਿਸਟ ਹੋ ਰਿਹਾ ਇਹ ਵੀ ਬੜੀ ਸਾਡੀ ਜੁਡੀਸ਼ਰੀ ਅਚੀਵਮੈਂਟ ਆ ਵੀ ਨਵਾਂ ਕਨਸੈਪਟ ਸੀ ਵਰਚੁਅਲ ਹੀਅਰਿੰਗ ਦਾ ਕੋਸ਼ਿਸ਼ ਕੀਤੀ ਲੈਕ ਆਵਰ ਰਿਸੋਰਸਸ ਕਰਕੇ ਵੀ ਨਹੀਂ ਗੱਲ ਬਣ ਸਕੀ ਪਰ ਸਾਡੀ ਐਸਫੇਸ 20% ਵਰਕਿੰਗ ਹੈ 80% ਕੰਮ ਨਹੀਂ ਹੋ ਰਿਹਾ ਕੋਰਟਾਂ ਚ ਜੀ ਦੂਜੀ ਕਈ ਜਿਹੜੇ ਪਰੋਲ ਤੇ ਲੋਕਾਂ ਨੂੰ ਉਹ ਰੁਕੀ ਹੋਈਆਂ ਨੇ ਜਿਹੜੇ ਕਈ ਟ੍ਰਾਇਲ ਕੋ ਕੇਸ ਚੱਲ ਰਹੇ ਉਹ ਵੀ ਰੁਕੇ ਉਹਨਾਂ ਉੱਤੇ ਵੀ ਕਾਫੀ ਇਫੈਕਟ ਪਿਆ ਜੀ ਬਿਲਕੁਲ ਜੀ ਸਾਰਾ ਕੋਚ ਹੀ ਠੱਪ ਹੋਇਆ ਪਿਆ ਵਾ ਕਈ ਲੋਕੀ ਅੰਦਰ ਨੇ 7-7 8-8 ਸਾਲਾਂ ਦੇ ਉਹਨਾਂ ਦੇ ਬਹਿਸ ਤੇ ਕੇਸ ਨੇ ਐਵੇਂ ਸਿਵਲ ਇਟੀਗੇਸ਼ਨਾਂ ਮੈਟ੍ਰਿਮੋਨਿਅਲ ਇਟੀਗੇਸ਼ਨਾਂ ਜਿਹੜੀ ਸਭ ਕੁ ਠੱਪ ਹੋਈ ਹੈ ਸਿਰਫ ਅਰਜੈਂਟ ਕੇਸੇਜ਼ ਲੱਗ ਰਹੇ ਨੇ ਜਮਾਨਤਾਂ ਲੱਗ ਰਹੇ ਨੇ ਜਾਂ ਅਰਜੈਂਟ ਸਟੇਮੈਂਟਰਲ ਚੱਲ ਰਹੇ ਨੇ ਪਰ ਲੋਕਾਂ ਦੇ ਜਿਹੜੇ ਕਈ ਕੇਸਾਂ ਸਟੇਕਸ ਬਹੁਤ ਜ਼ਿਆਦਾ ਸੀ ਉਹ 8 7-8 ਮਹੀਨਿਆਂ ਤੋਂ ਠੱਪ ਪਏ ਨੇ ਬਿਲਕੁਲ ਕੋਈ ਹਿਅਰਿੰਗ ਨਹੀਂ ਹੋ ਰਹੀ ਉੱਤੇ ਜਿਨ੍ਹਾਂ ਨੂੰ ਰਿਲੀਜ਼ ਕੀਤਾ ਜਾ ਸਕਦਾ ਉਹ ਵੀ ਹੁਣ ਕਰੋਨਾ ਕਰਕੇ ਜੇਲ੍ਹਾਂ ਦੇ ਵਿੱਚ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਹਜੇ ਕਿ ਗਵਰਨਮੈਂਟਸ ਨੇ ਬੜੀ ਕੀਤੀ ਹੈ ਪਾਲਿਸੀ ਫਰੇਮਵਰਕ ਬਣਾਇਆ ਸੀ ਮਾਈਨਰ ਫੈਂਸਸ ਵਾਲੇ ਬੰਦੇ ਛੱਡੇ ਵੀ ਨੇ ਪਰੋਲ ਉਹ ਬੰਦੇ ਅੰਦਰ ਨੇ ਜਿਹੜੇ ਵਾਕਿਆ ਕੱਲ ਨੂੰ ਬਰੀ ਹੋ ਜਾਣਗੇ ਤੇ ਉਹਨਾਂ ਦਾ ਐਵੇਂ 8 8 9 9 ਮਹੀਨੇ ਰਹਿਣਾ ਬਗੈਰ ਮਤਲਬ ਤੋਂ ਉਹ ਵੀ ਤਾਂ ਬੇਇਨਸਾਫੀ ਹੈ ਨਾ ਮੇਰਾ ਅਕੀਸੁਰ ਇਹ ਜਿਹੜਾ ਤੁਸੀਂ ਲਿਆ ਗਿਆ ਕਿ 12 ਤੋਂ ਬਾਅਦ ਅਸੀਂ ਕੋਰਟ ਨੂੰ ਉਸ ਤੋਂ ਬਾਅਦ ਹੰਗਰ ਸਟ੍ਰਾਈਕ ਹੋ ਗਿਆ ਫਿਰ ਦਿਨ ਬਿਲਕੁਲ ਵੀ ਸੀ ਬੰਦ ਹੋ ਜਾਏਗੀ ਇਹ ਨੀਚੇ ਅਦਾਲਤਾਂ ਵੀ ਸੇਮ ਹੀ ਰਹੇਗੀ ਕਿ ਸਿਰਫ ਹਰਿਆਣਾ ਹਾਈ ਕੋਰਟ ਚ ਹੀ ਰਹੇਗਾ ਜੀ ਨਹੀਂ ਜੀ ਅਸੀਂ ਬਿਲਕੁਲ ਸਾਰਾ ਪੰਜਾਬ ਹਰਿਆਣਾ ਸਾਰੇ ਸਬੋਡਨੈਂਟ ਕੋਰਟਸ ਡਿਸਟ੍ਰਿਕਟ ਕੋਰਟ ਸਾਰਿਆਂ ਵਾਸਤੇ ਆ ਸਾਡੀ ਜਿਹੜੀ ਕਾਉਂਸਲ ਹੈ ਇਟਸ ਸਟੈਚੂਟਰੀ ਬਾਡੀ ਆਫ 올 ਦ 3 ਸਟੇਟਸ ਤੇ ਸਾਡੀ ਜਿਹੜੀ ਮੰਗ ਹੈ ਸਾਰੇ ਕੋਟਾਂ ਵਾਸਤੇ ਤੇ ਅਸੀਂ ਐਜੀਟੇਸ਼ਨ ਵੀ ਸਾਰੇ ਕੋਟਾਂ ਵਾਸਤੇ ਹੀ ਕਰ ਰਹੇ ਆ। ਬਹੁਤ ਮਿਹਰਬਾਨੀ ਸਾਰੇ ਕਾਉਂਸਲ ਦੇ ਚੇਅਰਮੈਨ ਐਡਵੋਕੇਟ ਕਰਨਜੀਤ ਸਿੰਘ ਔਰ ਕਿਉਂਕਿ ਮਸਲਾ ਵਕੀਲਾਂ ਦਾ ਨਹੀਂ ਮਸਲਾ ਤੇ ਜਨਤਾ ਦਾ ਵੀ ਆ ਔਰ ਅਗਰ ਅਦਾਲਤਾਂ ਇੱਕੋ ਇੱਕ ਹੈ ਜਿੱਥੋਂ ਹਰ ਕੋਈ ਕਹਿੰਦਾ ਹੈਗਾ ਕਿ ਉਹਨੂੰ ਕਚੈਰੀ ਤੋਂ ਜਾਂ ਅਦਾਲਤ ਤੋਂ ਇਨਸਾਫ ਮਿਲੂਗਾ ਪਰ ਉਹਨੂੰ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਜੇ ਅਨਲੌਕ 5 ਦੀ ਗਾਈਡਲਾਈਨ ਸਭ ਕੁਝ ਆਮ ਹੋ ਚੁੱਕਿਆ ਤੇ ਫਿਰ ਅਦਾਲਤਾਂ ਵੀ ਖੋਲਣਾ ਚਾਹੀਦਾ ਹੈ। ਜੇ ਅਦਾਲਤਾਂ ਇਦਾਂ ਹੀ ਬੰਦ ਰਹਿਣਗੀਆਂ ਤੇ ਜਿਸ ਤਰ੍ਹਾਂ ਅਕਸਰ ਆਖਿਆ ਜਾਂਦਾ ਹੈ ਕਿ ਜਸਟਿਸ ਡਿਲੇ ਤੇ ਜਸਟਿਸ ਡਿਨਾਈ ਉਹ ਇੱਕ ਬਰਾਬਰ ਹੈ ਇਸ ਕਰਕੇ ਫੈਸਲਾ ਲੈਣਾ ਹੋਏਗਾ ਕਿ ਕਿਸੇ ਦੇ ਨਾਲ ਕੋਰਟ ਦੇ ਵਿੱਚ ਧੱਕਾ ਨਾ ਹੋਵੇ ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਐਨਬੀ ਨਿਊਜ਼ ਚੰਡੀਗੜ੍ਹ